ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 68ਵਾਂ ਜਨਮ ਦਿਨ ਹੈ, ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਦੁਰਗਿਆਨਾ ਮੰਦਿਰ ਕੋਲ ਸਾਫ਼ ਸਫਾਈ ਕੀਤੀ ਗਈ। ਇਸ ਵਿੱਚ ਭਾਜਪਾ ਦੇ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਰਜਿੰਦਰ ਮੋਹਨ ਸਿੰਘ ਛੀਨਾ, ਸੀਨੀਅਰ ਨੇਤਾ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸ਼ਾਮਿਲ ਰਹੇ। ਇਸ ਮੌਕੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਦੀ ਮਨੋਕਾਮਨਾ ਕੀਤੀ ਗਈ। ਸੋ ਅੱਜ ਅਸੀਂ ਸਭ ਦੇਸ਼ ਵਾਸੀ ਈਸ਼ਵਰ ਤੋਂ ਪ੍ਰਾਰਥਨਾ ਕਰੀਏ ਕਿ ਐਸੇ ਮਹਾਨ ਵਿਅਕਤਿਤਵ ਨੂੰ, ਰਾਸ਼ਟਰ ਭਗਤ ਨੂੰ ਇੱਕ ਲੰਬਾ ਜੀਵਨ ਪ੍ਰਦਾਨ ਕਰਨ, ਤਾਂ ਕਿ ਉਹ ਆਪਣੇ ਸੇਵਾ ਕਾਰਿਆਂ 'ਚ ਲੱਗੇ ਰਹਿਣ ਔਰ ਸਾਨੂੰ ਸ਼ਕਤੀ ਦੇਣ ਕਿ ਅਸੀਂ ਉਹਨਾਂ ਦੇ ਨੇਤ੍ਰਤਵ ਵਿੱਚ ਕੰਮ ਕਰਦੇ ਰਹੀਏ। ਔਰ ਨਾਲ ਦੇਸ਼ ਵਾਸੀਆਂ ਨੂੰ ਮੈਂ ਅਪੀਲ ਕਰਾਂਗਾ ਕਿ ਮੋਦੀ ਜੀ ਰਾਜਨੀਤੀ ਨਹੀਂ ਕਰਦੇ ਹੈ, ਤੇ ਸਾਨੂੰ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਪ੍ਰਧਾਨ ਮੰਤਰੀ ਦੀ ਸ਼ਕਤੀ ਮੰਨਣਾ ਚਾਹੀਦਾ ਹੈ। ਅਸੀਂ ਅੱਜ ਸਵੱਛਤਾ ਦੇ ਲਈ ਸਾਰੇ ਆਏ ਹਾਂ। ਸਵੱਛਤਾ ਅਭਿਆਨ ਜੋ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਨੇਹ, ਸਵੱਛਤਾ ਹੀ ਜਾਂ ਖੁਦ ਸਫਾਈ ਕਰਦੇ ਨੇ ਔਰ ਸਫਾਈ ਕਰਦੇ ਨੇ, ਉਹ ਸਿੰਬੋਲਿਕ ਨਹੀਂ ਕਾਂਗਰਸ ਵਾਂਗੂ ਜਾਂ ਕਮਿਊਨਿਸਟ ਵਾਂਗੂ ਕਿ ਝਾੜੂ ਪੜ ਕੇ ਫੋਟੋ ਖਿਚਾ ਲੈਂਦੇ ਨੇ। ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਔਰ ਕਾਰਜਕਰਤਾ ਨੇ ਜੋ ਸਹੀ ਮਾਇਨੇ 'ਚ ਦੇਸ਼ ਨੂੰ ਸਵੱਛ ਕਰਨ ਦਾ ਪ੍ਰਯਾਸ ਕਰ ਰਹੇ ਨੇ।